ਆਪਾਂ ਨੂੰ ਸ਼ਿਕਾਇਤ ਮਿਲੀ ਸੀ ਇਸ ਸਾਈਡ 'ਤੇ ਆਏ ਹਾਂ ਆਹ ਦੋ ਸਕੂਲ ਹੈਗੇ ਆ ਆਹ ਕੇਬਲਾਂ ਅੰਡਰਗਰਾਊਂਡ ਜਾਣ ਦੀਆਂ ਵਿੱਚੋਂ ਵਿੱਚ ਆਹ ਅਸੀਂ ਹੁਣ ਇਹਨਾਂ ਦਾ ਜਨਰੇਟਰ ਰੂਮ ਖੋਲ੍ਹਿਆ ਵਾ ਅਤੇ ਸਪਲਾਈਆਂ ਸਾਰੀਆਂ ਆਹ ਮੀਟਰ ਆ ਜੀ ਸੀ ਦਾ 51 ਦਾ 004F ਅਤੇ ਆਹ ਅੰਡਰਗਰਾਊਂਡ ਸਾਰੀਆਂ ਕੇਬਲਾਂ ਪੈ ਕੇ ਅਤੇ ਆਹ ਇੱਥੇ ਜਨਰੇਟਰ ਵੀ ਹੈਗਾ ਬੰਨਾ ਗਾ ਜਨਰੇਟਰ ਦਾ ਮਤਲਬ ਇਹ ਆ ਵੀ ਲੋਡ ਜ਼ਿਆਦਾ ਵਾ ਠੀਕ ਆ ਜੀ ਆਹ ਮੀਟਰ ਵੀ ਲਾ ਕੇ ਆਪੇ ਰੱਖਿਆ ਸਾਈਡ 'ਤੇ ਇਹ ਖਾਤਾ ਵੀ ਆਹ ਰਿਕਾਰਡਿੰਗ ਕਰ ਲਈ ਗਈ ਹੈ ਅਤੇ ਇੱਕ ਮੀਟਰ ਆ ਵਾ ਇਹ ਹੁਣ ਸਾਰੀਆਂ ਕੇਬਲਾਂ ਟਰਾਂਸਫਾਰਮਰ ਤੋਂ ਸਿੱਧੀਆਂ ਲਿਆਂਦੀਆਂ ਗਈਆਂ ਨੇ ਠੀਕ ਆ ਜੀ ਅਤੇ ਸਪਲਾਈ ਚੱਲਣ ਡਈ ਆ ਲਾਈਟ ਆ ਰਹੀ ਨਾ ਹਾਂ ਲਾਈਟ ਆ ਰਹੀ ਲਾਈਟ ਆ ਰਹੀ ਜਨਰੇਟਰ ਬੰਦ ਆ ਹਾਂਜੀ ਆਹ ਦੋ ਮੀਟਰ ਪੈਕ ਕਰ ਲਓ ਜੀ ਬੰਦੇ ਬੁਲਾਓ ਆਪਣੇ ਦੋ ਰੱਖੇ ਰਹਿੰਦੇ ਹਾਂਜੀ ਕੋਈ ਗੱਲ ਮੀਟਰ ਪੈਕ ਕਰਾਓ ਹਾਂਜੀ ਮੀਟਰ ਪੈਕ ਕਰਾਓ ਇੱਧਰ ਵੇਖ ਕੇ ਉੱਧਰ ਨਹੀਂ ਆਉਂਦੀਆਂ ਕਿਤੇ ਹੈ ਤਾਰਾ ਉੱਧਰ ਆਉਂਦੀਆਂ ਬੰਦੇ ਬੁਲਾਓ ਆਪਣੇ ਜੀ ਕੇਬਲਾਂ ਲਵਾਓ ਬਸ ਆ ਨਾ ਸਕੂਲ ਦੇ ਪਿਛਲੇ ਪਾਸੇ ਉਹ ਲੱਗਾ ਵਾ ਟਰਾਂਸਫਾਰਮਰ ਠੀਕ ਹੈ ਜੀ ਅਤੇ ਉੱਥੋਂ ਸਿੱਧੀ ਕੇਬਲ ਪਾਈ ਹੋਈ ਆ ਮੈਂ ਸਾਈਡ 'ਤੇ ਜਾ ਰਿਹਾ ਆ ਬੇਟਾ ਪਾਣੀ ਫੜ ਚੁੱਕ ਬੰਦ ਕਰਨ ਨੂੰ ਇਹ ਸਕੂਲ ਹੈਗਾ ਵਾ ਸੰਤ ਲਾਭ ਸਿੰਘ ਸੀਨੀਅਰ ਸੈਕੰਡਰੀ ਸਕੂਲ ਮੱਤੇਪੁਰ ਮਹਿਤਾ ਰੋਡ ਆਹ 100 ਦਾ ਟਰਾਂਸਫਾਰਮਰ ਤੋਂ ਸਿੱਧੀ ਕੇਬਲ ਅੰਡਰਗਰਾਊਂਡ ਖੜੀ ਹੈ ਆਹ ਸ਼ਿਕਾਇਤ ਮਿਲੀ ਸੀ ਅਸੀਂ ਸਾਈਡ 'ਤੇ ਆਏ ਹਾਂ ਆਹ ਦੋ ਸਕੂਲ ਹੈਗੇ ਆ ਆਹ ਕੇਬਲਾਂ ਅੰਡਰਗਰਾਊਂਡ ਜਾਣ ਦੀਆਂ ਵਿੱਚੋਂ ਵਿੱਚ ਆਹ ਅਸੀਂ ਹੁਣ ਇਹਨਾਂ ਦਾ ਜਨਰੇਟਰ ਰੂਮ ਖੋਲ੍ਹਿਆ ਵਾ ਅਤੇ ਸਪਲਾਈਆਂ ਸਾਰੀਆਂ ਆਹ ਮੀਟਰ ਆ ਜੀ ਸੀ ਦਾ 51 ਦਾ 004F ਅਤੇ ਆਹ ਅੰਡਰਗਰਾਊਂਡ ਸਾਰੀਆਂ ਕੇਬਲਾਂ ਪੈ ਕੇ ਅਤੇ ਆਹ ਇੱਥੇ ਜਨਰੇਟਰ ਵੀ ਹੈਗਾ ਬੰਨਾ ਗਾ